ਸ਼੍ਰੀਕਾਲ ਜੀ ਮੈਂ ਆਇਆ ਅੱਜ ਹਰਮੀਤ ਸਿੰਘ ਜੀ ਕੋਲ ਪਿੰਡ ਕੜੈਲ ਤਾਂ ਇਹਨਾਂ ਦੇ ਫਾਰਮ ਤੇ ਕੁਝ ਪੱਲੀ ਨੂੰ ਲੈ ਕੇ ਕੁਝ ਫਾਰਮਿੰਗ ਨੂੰ ਲੈ ਕੇ ਗੱਲਾਂ ਸਾਂਝੀਆਂ ਕਰਨੀਆਂ ਨੇ ਹਰਮੀਤ ਜੀ ਤੁਸੀਂ ਇਹ ਦੱਸੋਗੇ ਵੀ ਕਿੰਨੇ ਟਾਈਮ ਤੋਂ ਤੁਸੀਂ ਫਾਰਮਿੰਗ ਕਰ ਰਹੇ ਹੋ 15 ਸਾਲ ਤੇ ਕਿੰਨੇ ਬਰਡ ਦਾ ਤੁਹਾਡਾ ਫਾਰਮ ਹੈਗਾ ਇਹ ਸਾਰਾ ਆਪਾਂ ਦੇਖ ਰਹੇ ਹਾਂ ਇਹ 14.5 ਸਕੁਅਰ ਫੁੱਟ ਹੈ ਮਤਲਬ ਇਹ 12000 12.5 ਹਜ਼ਾਰ ਬੱਚਾ ਪਿਆ ਤੇ ਇਹ ਪੱਲੀ ਬਾਰੇ ਕੁਝ ਦੱਸੋ ਕੀ ਉਸ ਪੱਲੀ ਦੇ ਤੁਹਾਨੂੰ ਫਾਇਦੇ ਨੁਕਸਾਨ ਨੇ ਮਤਲਬ ਕੀ ਰਿਜ਼ਲਟ ਮਿਲਿਆ ਧੁੱਪ 'ਚ ਉਹ ਕੱਢਦੇ ਨਹੀਂ ਹੈਗੇ ਉਹ ਇੱਕ ਸੀਜ਼ਨ ਨਹੀਂ ਕੱਢਦੇ ਇਹ 3-4 ਸਾਲ ਕੱਢ ਜਾਂਦੇ 15 ਸਾਲ ਹੋ ਗਿਆ ਤੀਜੀ ਵਾਰ ਪੱਲੀ ਲਵਾਈ ਆ ਤੁਸੀਂ ਕਦੇ ਕੋਈ ਦੂਸਰੀ ਵੀ ਯੂਜ਼ ਕਰਕੇ ਦੇਖੀ ਸੀ ਇੱਥੇ ਆ ਟਵਾਣੇ ਤੋਂ ਲੈ ਕਰਦਾ ਮੈਂ ਡੱਬੀਆਂ ਹੀ ਵਾਲੀ ਅੱਛਾ ਹਾਂ ਚੱਕਦਾਰ ਜੀ ਠੀਕ ਹੈ ਉਹ ਕਿੰਨੀ ਹੋਣੀ ਚੱਲਦੀ ਇਹ ਦੱਸੋ ਵੀ ਜਦੋਂ ਕੋਈ ਬਾਰਿਸ਼ ਦਾ ਬਾਰਿਸ਼ ਆਉਂਦੀ ਹੈ ਮੀਂਹ ਆਉਂਦਾ ਹਨੇਰੀ ਝੱਖੜ ਆਉਂਦਾ ਹੈ ਜਾਂ ਗਰਮੀ ਦੇ ਵਿੱਚ ਤਾਂ ਜਾਂ ਸਰਦੀ ਦੇ ਵਿੱਚ ਕਿਸ ਤਰ੍ਹਾਂ ਦੇ ਕੀ ਫਰਕ ਰਹਿੰਦੇ ਨੇ ਮਤਲਬ ਕੀ ਬਾਰਿਸ਼ ਦਾ ਪਾਣੀ ਤਾਂ ਨਹੀਂ ਵਿੱਚ ਲੰਘਦਾ ਨਾ ਜੀ ਨਾ ਜਦੋਂ ਹੁਣ ਪਿੱਛੇ ਬਾਰਿਸ਼ ਆਈ ਆ ਮੈਨੇ ਆਪਦਾ ਬਾਅਦ ਦੇਖਿਆ ਪਹਿਲਾਂ ਫਿਰ ਮੈਂ ਜਿੱਥੇ ਨਹੀਂ ਲੱਗੇ ਸਾਰਿਆਂ ਨੂੰ ਫੋਨ ਕਰਿਆ ਸਾਰਿਆਂ ਅੰਦਰ ਪਾਣੀ ਦਾ ਅੱਛਾ ਆਪਣੇ ਕੋ ਤੁਪਕਾ ਨੇ ਦਾ ਆਪਣੇ ਇੱਕ ਤੁਪਕਾ ਤੇ ਠੰਡ ਦੇ ਵਿੱਚ ਮਤਲਬ ਅੰਦਰ ਹਵਾ ਕਿੰਨੀ ਕੇ ਚੋ ਕ੍ਰੋਸ ਕਰਦੀ ਹੈ ਬਿਲਕੁਲ ਨਹੀਂ ਹਵਾ ਤਾਂ ਕਿੱਥੋਂ ਕ੍ਰੋਸ ਕਰਦੀ ਹੈ ਠੀਕ ਹਵਾ ਵਾਲਾ ਉਹ ਸਿਸਟਮ ਨਹੀਂ ਹੈ ਨੇੜੇ ਤੇੜੇ ਵਾਲੇ ਬੰਦੇ ਤੁਹਾਡੇ ਤੋਂ ਪੁੱਛਣ ਵੀ ਆਉਂਦੇ ਹੋਣਗੇ ਵੀ ਹਰਮੀਤ ਜੀ ਸਾਨੂੰ ਦੱਸੋ ਅਸੀਂ ਵੀ ਬਣਾਉਣਾ ਫਾਰਮ ਜਾਂ ਆਪਾਂ ਨੇ ਪੱਲੀ ਲਾਉਣੀ ਹੈ ਕਿਹੜੀ ਲਾਈਏ ਤਾਂ ਤੁਸੀਂ ਫਿਰ ਕਿਹੜੀ ਰეკਮੈਂਡ ਕਰਦੇ ਹੋ ਹੁਣ ਆ ਤਰਪਾਲ ਵਾਲੀ ਵੀ ਸਾਰਿਆਂ ਨੂੰ ਇਹ ਸਲਾਹ ਦਿੰਦੇ ਹਾਂ ਸਿਗਮਾ ਦੀ ਸਲਾਹ ਦਿੰਦੇ ਹਾਂ ਆਪ ਤੇ ਆਪਣੇ ਨਾਲ ਜਾਂਦੇ ਰਹੇ ਤੇ ਦੁਕਾਨ ਦੇ ਸਾਰੇ ਹਾਂ ਕਿੱਥੇ ਵੀ ਗਏ ਇਹ ਜਿਹੜੀ ਇਹ 230 ਜੀਸਮ ਦੀ ਪੱਲੀ ਹੈ ਇਹ ਦੂਸਰੀ ਪੱਲੀ ਨਾਲੋਂ ਸਿਗਮਾ ਦੇ ਵਿੱਚ ਕਾਫੀ ਉਹ ਆ ਗਏ ਨਾ 120 ਜੀਸਮ ਹੈ ਹਾਂ ਦੁੱਗਣੀ ਤਾਂ ਦੁੱਗਣੀ ਜ਼ਿਆਦਾ ਦੁੱਗਣੀ ਮਹਿੰਗੀ ਵੀ ਹੈ ਤਾਂ ਕੀ ਫਿਰ ਲਾਈਫ ਵੀ ਉਹਦੇ ਨਾਲੋਂ ਮਤਲਬ ਤੁਸੀਂ ਇਹ ਸੋਚ ਕੇ ਲਓ ਉਹੀ ਗੱਲ ਆ ਜੇ ਉਹ 3 ਸਾਲ ਚੱਲਦੀ ਹੈ ਵੈਸੇ ਇਧਰਲੀ ਸਾਈਡ 12 ਸਾਲ ਦਾ ਜ਼ਿਆਦਾ ਇਹ ਤਾਂ 5 ਸਾਲ ਤੱਕ ਨਹੀਂ ਜਾਂਦੀ ਇੱਕ ਨਾ ਸਿਗਮਾ ਨੇ ਇੱਕ ਹੋਰ ਆਈਟਮ ਕੱਢੀ ਹੈ ਸ਼ੇਡ ਨੈਟ ਜਿਹਨੂੰ ਕਹਿੰਦੇ ਨੇ ਜਿਹੜਾ ਹਰੀ ਪੱਲੀ ਜਿਹਨੂੰ ਆਪਾਂ ਕਹਿ ਦਿੰਦੇ ਆ ਅੱਛਾ ਉਹ ਵੀ ਇਸ ਵਾਰੀ ਤੁਸੀਂ ਗਰਮੀ 'ਚ ਵਰਤ ਕੇ ਦੇਖਿਓ ਮੈਂ ਤੁਹਾਨੂੰ ਇਹਦਾ ਕੁਝ ਸੈਂਪਲ ਦਿਖਾਉਣਾ ਵੀ ਇਹ ਇਸ ਤਰ੍ਹਾਂ ਦਾ ਸੈਂਪਲ ਹੈ ਇਹ ਹਰੀ ਪੱਲੀ ਮਤਲਬ ਛਾਂ ਵਾਸਤੇ ਜਿਹੜੀ ਕਿ ਬਾਹਰ ਟੈਂਟ ਲਾਇਆ ਇਹਦਾ ਗਰਮੀ 'ਚ ਹਾਂ ਬਸ ਉਹਦੇ ਨਾਲ ਘੱਟੋ ਘੱਟ 5-8 ਡਿਗਰੀ ਸੈਲਸੀਅਸ ਦਾ ਫਰਕ ਪਊਗਾ ਠੰਡਕ ਰਹੂਗੀ ਨੀਚੇ ਮਾ ਉਹ ਪਿਛਲੀ ਵਾਰ ਵੀ ਲਾਏ ਟੈਂਟ ਅਸੀਂ ਬਸ ਉਹੀ ਚੀਜ਼ ਹੈ ਇਹ ਹੁਣ ਸਿਗਮਾ ਨੇ ਬਣਾਉਣੀ ਸ਼ੁਰੂ ਕਰਤੀ ਤਾਂ ਤੁਸੀਂ ਬਾਕੀ ਪ੍ਰੋਡਕਟ ਤਾਂ ਸਿਗਮਾ ਦੇ ਵਰਤ ਰਹੇ ਹੋ ਤਾਂ ਇਹ ਵੀ ਇਸ ਵਾਰੀ ਟਰਾਈ ਕਰਨੀ ਕੋਈ ਗੱਲ ਨਹੀਂ